हेलो जी, असीं फिर आ गए। हुण मैं सीख के आई हाँ, मैं रिक्वेस्ट किद्दां एक्सेप्ट करनी आ। भेज दो रिक्वेस्ट। सत श्री अकाल जी, सारिआं नूं सत श्री अकाल। सत श्री अकाल। अज कहन नूं मेरे कोल ओनी देर यही गल आ कि तुसीं सारे जाणे ज़रूर जाओ फिल्म वेखण, ते सानू टैग करियो, सानू दस्यो थोनू फिल्म किवें लगी। वैसे मैं काफ़ी रिव्यूज़ देख रही सीगी, ते तू तो यार उदास हो गई जदी तू लगो लाए हो गई ऑफलाइन हो गई। कम ऑन, दो मिनट। इन्ने इन्ने पे तो मेरे कभी किसी ने नहीं खोले कि मैं पे खोल रहा। सॉरी यार, सच्ची नो ये मेरे कहने ना, बाबू 2 मिनट तो खड़ जा तू, तो जल्दी मतलब भज ली। ओ मेरा फोन गर्म हो गया, पता नहीं किवें गर्म हो गया। ये दुबई च हुंदा हुंदा फोन गर्म, कहंदे योर बैटरी इज फोन इज वेरी गर्म, यू हैव टू कर द ठंडा एंड अग चला दोबारा। ਇਦਾਂ ਦੁਬਈ ਚ ਹੁੰਦਾ ਹੁੰਦਾ ਕੈਰੀ, ਜਾਂ ਉੱਥੇ ਪਾਮ ਸਪ੍ਰਿੰਗਸ, ਪਤਾ ਨਹੀਂ ਕਿਵੇਂ ਗਰਮ ਹੋ ਗਿਆ। ਮੇ ਬੀ ਵੀ ਆਰ ਸੋ ਹੌਟ ਐਂਡ ਦਾ ਕਿਊਟ ਐਂਡ ਦਾ ਜੋੜੀ ਫਿਲਮ ਚ ਕੁਛ ਵੀ ਹੋ ਸਕਦਾ ਹੈ। ਹਾਂ ਐਕਚੁਅਲੀ ਕੋਈ ਤਾਂ ਮੰਤਰ ਪੜਿਆ ਹੈ, ਜਿਹੜੀਆਂ ਤਾਂ ਮੈਨੂੰ ਦੁਰਘਟਨੀਆਂ ਸੁਣਾਈਆਂ ਗ੍ਰਹਿ ਵੀ ਭਾਰੇ ਪਤਾ ਤੇਰਾ ਤੂੰ ਕੀ ਕਰ ਥੋੜੇ ਬਹੁਤ, ਪਰ ਹੁਣ ਤਾਂ ਠੀਕ, ਹੁਣ ਤਾਂ ਵਧੀਆ ਨੇ। ਹੁਣ ਥੋੜੀ ਹੁਣ ਤਾਂ ਥੋੜੀ ਠੀਕ ਹੋਏ, ਪਰ ਮੈਨੂੰ ਪੱਕਾ ਪਤਾ ਤੈ ਕੋਈ ਨਾ ਕੋਈ ਮੰਤਰ ਤਾਂ ਤੂੰ ਪੜ੍ਹਦੀ ਆ, ਮੰਤਰ ਤਾਂ ਤੇ ਪੱਕੇ ਸਿੱਖੇ ਆ। ਕੋਈ ਜਾਦੂ ਟੂਣ, ਇਹ ਗਾਣਾ ਹੀ ਬਹੁਤ ਵਧੀਆ ਪਤਾ। ਜਾਦੂ ਟੂਣਾ ਕਰਕੇ ਕੋਈ ਗਾਣਾ ਸੀ, ਮਤਲਬ ਵੀ ਤੂੰ ਕੁਛ ਕੀਤਾ ਆ ਮੇਰੇ ਤੇ, ਇੱਦਾਂ ਦਾ ਕੁਛ ਗਾਣਾ ਨਹੀਂ ਸੀ। ਇਹਨਾਂ ਅੱਖਾਂ 'ਚ ਜਾਦੂ ਟੂਣੇ ਲੱਖਾਂ, ਇਹਨਾਂ ਅੱਖਾਂ 'ਚ ਜਾਦੂ ਟੂਣੇ ਲੱਖਾਂ, ਇੱਦਾਂ ਸੁਣਿਆ ਤੂੰ ਗਾਣਾ? ਅੱਖਾਂ 'ਚ ਜਾਦੂ ਟੂਣੇ ਲੱਖਾਂ ਜੋੜੀ ਚ ਕੁਛ ਵੀ ਹੋ ਸਕਦਾ। ਫੋਨ ਗਰਮ ਹੋ ਗਿਆ, ਮੈਂ ਤੈਨੂੰ ਭੇਜਦਾ ਫੋਟੋ, ਮੈਂ ਖਿੱਚੀ ਉਹਦੀ ਸਕਰੀਨਸ਼ਾਟ ਲਿਆ ਮੈਂ ਉਹਦਾ, ਪਤਾ ਨੀ ਕਿੱਦਾਂ ਫੋਨ ਗਰਮ ਹੋ ਗਿਆ। ਮੇਰੀ ਪਿੱਛੇ ਮੈਂ ਨਾ ਗ੍ਰੀਨ ਟੀ ਰੱਖੀ, ਪਤਾ ਨੀ ਗ੍ਰੀਨ ਟੀ ਕਰਕੇ ਨਵੀਆਂ ਨਵੀਆਂ ਚੀਜ਼ਾਂ ਹੋ ਰਹੀਆਂ। ਹੁਣ ਮੈਂ ਲਾਇਆ ਏਸੀ ਗੱਡੀ ਦੇ ਵਿੱਚ, ਮੈਂ ਕਿਹਾ ਇੰਨਾ ਪੈਸਾ ਖਰਚਿਆ ਗੱਡੀ ਤੇ ਹੁਣ ਏਸੀ ਵੀ ਨਾ ਲਾਈ। ਫਿਰ ਅੰਬਰ ਭਾਈ ਦਾ ਮੈਨੂੰ ਲੱਗਦਾ ਪੈ ਨਿਕਲੇ, ਹੈ ਨਾ? ਨੋ ਹੋ ਗਿਆ ਉਹਨਾਂ ਦਾ ਕੰਮ। ਓਕੇ ਠੀਕ ਹੈ, ਚੱਲ ਠੀਕ ਹੈ, ਓਕੇ ਆ। ਹੁਣ ਫਿਰ ਹੋਰ ਕਰ ਲਾ ਕੋਈ ਗੱਲ ਛੇਦ ਦੇਣੀ ਤੇ ਫਿਰ ਆਪਾਂ। ਹੁਣ ਤੂੰ ਲਾਈਵ ਸੇਵ ਵੀ ਨਹੀਂ ਕੀਤਾ ਹੁਣ ਪਹਿਲਾਂ ਵਾਲਾ? ਪਹਿਲਾਂ ਕਿਹਾ ਸੀਗਾ ਨਾ, ਮੈਂ ਤੁਹਾਨੂੰ ਦੱਸਿਆ ਸੀ, ਮੈਂ ਵਾਰਨ ਕੀਤਾ ਪਹਿਲਾਂ ਹੀ ਦੱਸਤਾ ਸੀ ਤੁਹਾਨੂੰ ਕਿ ਏਦਾਂ ਹੋ ਸਕਦਾ ਆ। ਤੁਸੀਂ ਵਿਸ਼ਵਾਸ ਜ਼ਿਆਦਾ ਵਿਖਾਤਾ ਮੇਰੇ ਤੇ। ਮੈਨੂੰ ਤੇਰੇ ਤੇ ਬਹੁਤ ਯਕੀਨ ਹੈ ਨਾ, ਇਹੀ ਤਾਂ ਚੱਕਰ ਹੈ। ਦਿਸ ਲਾਈਵ ਵੀਡੀਓ ਇਜ਼ ਮੋਡਰੇਟਡ। ਓਕੇ ਯਾ, ਆ ਤਾਂ ਠੀਕ ਹੈ, ਮੋਡਰੇਟਰ ਹੈ, ਪੂਰੇ ਮੋਡਰਨ ਬੰਦੇ ਹੈ, ਮੋਡਰੇਟਰ ਨਾ ਹੋਈਏ। ਜੇ ਕਿਸੇ ਨੇ ਲਾਈਵ ਸੇਵ ਕੀਤਾ ਹੋਵੇ ਤਾਂ ਪਲੀਜ਼ ਸਾਨੂੰ ਭੇਜਣ ਦੀ ਕਿਰਪਾਲਤਾ ਕਰੋ ਜੀ, ਪਿਛਲਾ ਲਾਈਵ ਸਾਡੇ ਕੋਲ ਸੇਵ ਨਹੀਂ ਹੋਇਆ। ਹੋਗਾ ਹੈ ਕਿਸੇ ਨਾ ਕਿਸੇ ਨੇ ਤਾਂ। ਜੇ ਕਿਸੇ ਨੇ ਕੀਤਾ ਹੋਇਆ ਪਲੀਜ਼ ਸਾਨੂੰ ਸੈਂਡ ਕਰਿਓ, ਸਾਡੇ ਤੋਂ ਲਾਈਵ ਸੇਵ ਨਹੀਂ ਹੋਇਆ ਤੇ ਉਹ ਹੁਣ ਸਾਡਾ, ਮੈਂ ਸੋਚਦਾ ਉਹਨੂੰ ਪੋਸਟ ਕਰ ਦਵਾਂਗੇ, ਪਰ ਹੁਣ ਉਹ ਤਾਂ ਲਾਈਵ ਸੇਵ ਸ਼ਾਇਦ ਵਿੱਚੋਂ ਨਿਕਲ ਆਉਂਦਾ ਹੋਵੇ। ਪੁੱਛਿਓ ਕਿਸੇ ਨੂੰ, ਆਪਣੀ ਟੀਮ ਨੂੰ, ਐਡੀ ਟੀਮ ਆ ਤੁਹਾਡੀ ਇੱਥੇ, ਬੰਦੇ ਤਾਂ ਤੇਜ਼ ਸਾਰੇ, ਤੇ ਤੂੰ ਲੱਭ ਸਕਦੀ ਮੈਨੂੰ ਪਤਾ ਤੇਰਾ, ਯੂ ਕੈਨ ਡੂ ਐਨੀਥਿੰਗ। ਤੂੰ ਜਦ ਫਿਲਮ ਸ਼ੁੱਕਰਵਾਰ ਨੂੰ ਰੁਕਾ ਸਕਦੀ ਤੂੰ ਕੁਛ ਵੀ ਕਰ ਸਕਦੀ, ਮੈਨੂੰ ਤੇਰਾ ਪਤਾ।
ਕਿਸੇ ਨੂੰ ਪੁੱਛ ਕੀ ਚੱਕਰ ਆ ਜੋੜੀ ਦੇ ਉੱਤੇ, ਮਸੀਂ ਰਿਲੀਜ਼ ਹੋਈ ਆ ਬਹੁਤ। ਕੱਲ ਕੌਣ ਕਹਿੰਦਾ ਸੀ, ਗੈਰੀ ਗੈਰੀ ਹਾਂ ਗੈਰੀ ਭਾਈ ਕਹਿੰਦਾ ਸੀ, ਕਹਿੰਦੇ ਆ ਫਿਲਮ ਸਿਰੇ ਨਹੀਂ ਚੜ ਰਹੀ ਯਾਰ। ਮੈਂ ਕਿਹਾ ਭਾਈ ਸੱਚੀ ਗੱਲ ਤਾਂ ਸਾਰੀ ਸਹੀ ਹੈ, ਜ਼ੋਰ ਲੱਗ ਗਿਆ ਸਾਰਿਆਂ ਦਾ, ਬਹੁਤ ਔਖੀ। ਫਿਲਮ ਮਸੀਂ ਸਿਰੇ ਚੜੀ ਆ। ਔਖੀ ਫਿਲਮ ਸੀ, ਕਿਸੇ ਨੇ ਕੋਈ ਕੀਤਾ ਨਿਮਰ ਹੈ ਤੂੰ ਨਾ, ਮੰਨ ਚਾਹੇ ਨਾ ਮੰਨ। ਮੈਂ ਤੁਹਾਨੂੰ ਉਦਣ ਕਹੀ ਸੀ ਨਾ, ਮੈਂ ਤਾਂ ਮੰਨ ਗਿਆ ਜਿਹੜੇ ਤੂੰ ਮੈਨੂੰ ਕਹਾਣੀਆਂ ਮਨ ਸੁਣਾਈਆਂ ਸੀ ਉਦਣ, ਉਦਣ ਮੈਨੂੰ ਹੁਣ ਯਕੀਨ ਆ ਰਿਹਾ। ਮੈਂ ਹੁਣ ਹੁਣ ਮੈਨੂੰ ਯਕੀਨ ਆ ਰਿਹਾ ਉਹਨਾਂ ਗੱਲਾਂ ਤੇ ਜਿਹੜੇ ਤੂੰ ਮੈਨੂੰ ਕਹਾਣੀਆਂ ਸੁਣਾਈਆਂ ਸੀ ਉਦਣ। ਉਦਣ ਤਾਂ ਮੈਨੂੰ ਹਾਸਾ ਆ ਇਹ ਰਿਹਾ ਉਹੀ ਸੀ, ਕੰਮ ਪਰ ਸੀ ਹੁਣ ਮੈਨੂੰ ਮੇਰੀ ਯਕੀਨ ਗੱਲ ਦਾ। ਹੋਇਆ ਏਦਾਂ ਪਹਿਲੀ ਵਾਰੀ ਹੋਇਆ ਲਾਈਫ ਦੇ ਵਿੱਚ ਕਿ ਮੇਰੀ ਫਰਾਈਡੇ ਨੂੰ ਫਿਲਮ ਰਿਲੀਜ਼ ਨਾ ਹੋਈ ਹੋਵੇ ਆਪਣੀ, ਨਾ ਮੇਰੇ ਨਾਲ ਤਾਂ ਪਹਿਲਾਂ ਹੋਇਆ ਨਹੀਂ ਕਦੇ, ਇਹ ਪਹਿਲੀ ਵਾਰੀ ਹੋਈ ਗੱਲ। ਚਲੋ ਕੋਈ ਨਹੀਂ, ਇਹ ਵੀ ਠੀਕ ਆ, ਨਵੇਂ ਨਵੇਂ ਮੈਂ ਤਰ੍ਹਾਂ ਨਾ ਡਰਾਮੇ, ਇਹ ਵੀ ਬੜਾ ਡਰਾਮਾ ਸੁਣਦੀ ਠੀਕ ਆ। ਹੁੰਦੀ ਸੀ, ਸਾਰੇ ਕਹਿੰਦੇ ਦੁਨੀਆ ਰੁਕ ਜਾਂਦੀ। ਮੈਂ ਦੁਨੀਆ ਕਿੱਦਾਂ ਰੁਕ ਜਾਂਦੀ, ਦੁਨੀਆ ਰੁਕ ਹੀ ਨਹੀਂ ਸਕਦੀ। ਉਹ ਜਿਹੜੇ 24 ਘੰਟੇ ਹਾਂ ਇਹ ਕਹਿ 24 ਘੰਟੇ ਕਿੱਥੋਂ ਸਿੱਖਿਆ ਜੀ, ਚੌਵੀ ਚੌਵੀ ਘੰਟੇ ਕਿੱਥੋਂ ਸਿੱਖਿਆ ਘੰਟੇ ਜੀ, 24 ਤਾਂ ਮੈਂ ਸੁਣੇ ਸੀ, 24 ਨਹੀਂ, 24 ਵੀ ਵਧੀਆ ਸਲੈਂਗ ਵਧੀਆ, ਜਿਹੜੇ 24 ਘੰਟੇ ਸੀ। ਹਾਂ ਰੋਕਤੀ ਦੁਨੀਆ ਬਾਬਾ, ਔਖਾ ਹੀ ਸੀ ਹਨਾ। ਚੱਲ ਕੋਈ ਨੀ, ਜੋ ਹੁੰਦਾ ਚੰਗੇ ਲਈ ਹੁੰਦਾ, ਐਟ ਦ ਐਂਡ ਫਿਲਮ ਸਾਰਿਆਂ ਕੋਲ ਪਹੁੰਚ ਜਾਵੇ ਬਸ ਇਹੀ ਠੀਕ ਹੈ। ਸਾਰਿਆਂ ਨੂੰ ਪਿਆਰ ਜੀ, ਸਤਿਕਾਰ, ਤੇ ਜੇ ਕਿਸੇ ਨੇ ਸਾਡਾ ਲਾਈਵ ਸੇਵ ਕੀਤਾ ਹੋਵੇ ਤਾਂ ਪਲੀਜ਼ ਸਾਨੂੰ ਭੇਜਣ ਦੀ ਕਿਰਪਾਲਤਾ ਕਰਿਓ, ਫਿਰ ਅਸੀਂ ਪਾ ਸਕਦੇ ਹਾਂ ਉਹ, ਤੇ ਬਾਕੀ ਸਾਰਾ ਕੁਝ ਠੀਕ ਹੈ। ਲਵ ਯੂ ਬੋਥ ਫਰੋਮ ਪੰਜਾਬ, ਥੈਂਕ ਯੂ ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ। ਦਿਲਜੀਤ ਭਾਈ ਤੁਸੀਂ ਨਹੀਂ ਪੜ੍ਹ ਨਹੀਂ ਲਓ ਥੋੜ੍ਹਾ ਜਿਹਾ, ਹੁਣ ਅਸੀਂ ਕੀ ਕਿਉਂ ਨਹੀਂ ਪੜ੍ਹਨਾ ਜੀ, ਪੜ੍ਹਨਾ। ਹੁਣ ਤੁਸੀਂ ਪੜ੍ਹਨਾ ਪੜ੍ਹਨਾ ਠੀਕ ਹੈ, ਹੁਣ ਤੂੰ ਜਿੱਦਣ ਸਟਾਰਟ ਕੀਤਾ ਮੈਨੂੰ ਦੱਸ ਦੇਈਂ, ਮੈਂ ਵੀ ਉਦੋਂ ਭਾਈ ਬੰਦਾ ਰੱਖਣਾ ਯਾਰ ਜਿਹੜਾ ਅੰਗਰੇਜ਼ੀ ਸਿਖਾਵੇ। ਫਿਰ ਅਸੀਂ ਇੱਕ ਇੰਟਰਵਿਊ ਕਰਾਂਗੇ। ਬੋਲ ਅੰਗਰੇਜ਼ੀ, ਨੰਬਰ ਆਂਡਾ ਹੀ ਹੋਣਾ ਉਹਦੇ ਚ ਤੇਰਾ ਮੇਰਾ, ਜੇ ਫੇਰ ਹੀ ਸਾਡਾ ਪਤਾ ਸਾਡਾ ਲੱਗੂ ਆਣਾ ਕਿੰਨੀ ਸਿੱਖੀ ਆ। ਇਹ ਥੋੜਾ ਕਿ ਉੱਥੇ ਥੋੜੀ ਸਿੱਖ ਕੇ ਤੇ ਲੱਗੇ ਸਾਨੂੰ ਵੀ ਅਸੀਂ ਬਹੁਤ ਸਿੱਖ ਲਿਆ। ਅਸਲੀ ਦਾ ਪਤਾ ਕੈਮਰੇ ਸਾਹਮਣੇ ਅਸਲੀ ਪਤਾ ਲੱਗਦਾ। ਮੈਂ ਤਾਂ ਤੇਰੇ ਨਹੀਂ ਤੋਂ ਨਹੀਂ ਵੈਸੇ ਹੀ ਹਾਰ ਜਾਣਾ ਯਾਰ, ਤੇ ਤੂੰ ਕੰਪੀਟੀਸ਼ਨ ਜਿੱਤੀ ਨਹੀਂ ਆ, ਜਾਂਦੀ ਹੈ, ਤੇਰਾ ਤਾਂ ਜਿਹੜਾ ਜੋੜੀ ਕੰਪੀਟੀਸ਼ਨ ਨਹੀਂ ਹੈਗਾ, ਆਪਾਂ ਇਕੱਠਿਆਂ ਨੇ ਜੋੜੀ ਜੋੜੀ ਅੰਗਰੇਜ਼ੀ ਬੋਲ ਕੇ ਦਿਖਾਓਗੇ। ਇਹ ਠੀਕ ਠੀਕ ਹੈ ਜੀ, ਠੀਕ ਹੈ, ਜੋੜੀ ਦੇ ਵਿੱਚ ਅਸੀਂ ਗੱਲ ਕਰਾਂਗੇ, ਬਿਲਕੁਲ ਸਹੀ। ਸੋ ਗਾਇਜ਼ ਥੈਂਕ ਯੂ ਸੋ ਮਚ, ਇੰਡੀਆ ਸਭ ਜਗ੍ਹਾ ਫਿਲਮ ਲੱਗ ਗਈ। ਇੱਕ ਖਬਰਾਂ ਵਾਲੇ ਵੀ ਜਿਹੜੇ ਨਾ ਚੰਗੀਆਂ ਚੰਗੀਆਂ ਖਬਰਾਂ ਵਾਲੇ, ਮਤਲਬ ਉਹ ਵੀ ਹਾਲੇ ਤੱਕ ਲਿਖੀ ਜਾਂਦੇ ਆ ਕਿ ਫਿਲਮ ਲੱਗੀ ਨਹੀਂ ਇੰਡੀਆ ਦੇ ਵਿੱਚ। ਮੈਂ ਕਹਿੰਦਾ ਇਹ 2 ਦਿਨ ਨਹੀਂ, ਲੇਟ ਜਿਹੜੀ ਚੱਲਦੀ ਤਾਂ ਆ ਖਬਰਾਂ ਨੈਗੇਟਿਵ ਵਾਲੀ, ਖਬਰ ਹੁੰਦੀ ਆ, ਉਹ ਤਾਂ ਨਾਲ ਦੀ ਦਹਾਂ ਮਿੰਟਾਂ ਬਾਅਦ ਜਿਹੜੀ ਖਬਰ ਉਹਦਾ ਟਾਈਮ ਲਾ ਦਿੰਦੇ ਪੋਸਟ ਕਰਨ ਚ। ਹਾਂ ਉਹ ਦੋ ਦਿਨ ਬਾਅਦ ਵੀ ਉਹ ਪੁਰਾਣੀ ਗੱਲ ਲਿਖੀ ਜਾਂਦੇ ਵੀ ਨਿਮਰਤ ਨੇ ਫਿਲਮ ਰੁਕਾਈ ਤੇ ਫਿਲਮ ਨਹੀਂ ਲੱਗੀ, ਤੇ ਖਬਰਾਂ ਲੇਟ ਨਾ ਲਾਓ, ਫਿਲਮ ਸਾਡੀ ਲੱਗ ਗਈ ਹੁਣ ਇੰਡੀਆ ਦੇ ਵਿੱਚ। ਇੱਕ ਦਿਨ ਜਿਹੜਾ ਨਿਮਰਤ ਨੇ ਜਾਦੂ ਮੇਰੇ ਟੋਣਾ ਕਰਨਾ ਹੱਥੋਂ ਸੀ ਉਹ ਖਰਾਬ ਹੋ ਕਰਤਾ, ਗਿਆ ਕੰਮ। ਹੁਣ ਤੁਸੀਂ ਸਾਰੇ ਕਰਿਓ, ਜਿਹੜਾ ਇਲਜ਼ਾਮ ਆ ਉਹ ਮੇਰੇ ਉੱਤੇ ਮੜਿਆ ਜਾ ਰਿਹਾ ਹੈ। ਨਹੀਂ 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 ਮੈਂ ਮਜ਼ਾਕ ਕਰਦਾ, ਤੇਰੇ ਤੇ ਕੋਈ ਇਲਜ਼ਾਮ ਨਹੀਂ, ਤੂੰ ਬਹੁਤ ਜ਼ੋਰ ਲਾਇਆ, ਥੈਂਕ ਯੂ ਨਿਮਰਤ, ਤੇਰਾ ਵੀ ਵਧੀਆ, ਤੂੰ ਵਧੀਆ ਜ਼ੋਰ ਲਾ ਰਹੀ, ਵੈਰੀ ਗੁੱਡ ਯਾਰ, ਥੈਂਕ ਯੂ। ਚਲੋ ਫਾਈਨਲੀ ਇਹ ਵੀ ਦੇਖਣਾ ਸੀ, ਮੈਂ ਫਿਲਮ ਸ਼ੁੱਕਰਵਾਰ ਨਹੀਂ ਲੱਗਣੀ ਸੀ, ਇਹ ਵੀ ਸਾਡੀ ਜੋੜੀ ਨੇ ਦੇਖਣਾ ਸੀ, ਸਾਰਾ ਕੁਝ ਹੀ ਦੇਖ ਲਿਆ, ਹੁਣ ਕੀ ਰਹਿ ਗਿਆ ਸਾਡੇ ਦੇਖਣ ਨੂੰ ਹੋਰ, ਜਿੰਨਾ ਸਾਰਾ ਦੇਖ ਡਰਾਮਾ ਸੀ ਲਿਆ। ਸਾਰਾ ਦੇਖ ਲਿਆ ਸੀ ਨਾ। ਔਰ ਤੁਸੀਂ ਹੁਣ ਫਿਲਮ ਦੇਖੋ, ਫਿਲਮ ਦੇਖ ਕੇ ਦੱਸੋ ਤੁਹਾਨੂੰ ਕਿੱਦਾਂ ਲੱਗਦੀ ਆ, ਹੁਣ ਇੰਡੀਆ 'ਚ ਸਭ ਪਾਸੇ ਫਿਲਮ ਲੱਗ ਗਈ ਆ, ਬਾਹਰ ਤਾਂ ਆਲਰੇਡੀ ਲੱਗ ਗਈ ਸੀ ਸਾਰੇ ਪਾਸੇ, ਹੈ ਨਾ ਜੀ। ਤੇ ਥੈਂਕ ਯੂ ਨਿਮਰਤ ਜੀ, ਤੁਸੀਂ ਫਿਲਮ ਰਿਲੀਜ਼ ਹੋਣ ਦਿੱਤੀ ਤੇ ਇੰਨਾ ਵਧੀਆ ਤੁਸੀਂ ਕੰਮ ਕੀਤਾ ਫਿਲਮ ਦੇ ਵਿੱਚ, ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਸਤਿਕਾਰ। ਇਹ ਲਾਈਵ ਵੀ ਸੇਵ ਕਰ ਲਿਓ, ਜੇ ਉਹ ਨਾ ਲੱਭਿਆ ਇਹਨੂੰ ਸੇਵ ਕਰ ਲਿਓ, ਜੇ ਉਹ ਨਾ ਲੱਭਿਆ ਫਿਰ ਇਹ ਪਾ ਦਾਂਗੇ, ਨਹੀਂ ਤਾਂ ਜੇ ਉਹ ਮੈਂ ਲੱਭ ਲੱਭ ਸਕਦੀ ਕੇ ਆ ਤਾਂ ਉਹ ਵੀ ਲੱਭ ਲਿਆ। ਤੁਹਾਨੂੰ ਕੀ ਕਰ ਦਿੰਦੇ, ਕਲੈਬ ਕਰ ਦਿੰਦੇ? ਹਾਂ ਕਲੈਬ ਕਰ ਕੋਲੈਬੋਰੇਸ਼ਨ ਦੇ, ਆਪਣੀ ਕਲੈਬੋਰੇਸ਼ਨ ਕਰ ਦੇ, ਹਾਂ ਕਲੈਬੋਰੇਸ਼ਨ ਕਰ ਦੇ, ਤੇ ਉਹ ਫਿਰ ਮੈਂ ਵੀ ਪਾ ਦੂੰਗਾ ਪੁਰਾਣੇ ਵਾਲਾ, ਤਾਂ ਉਹ ਉਹ ਬਾਲਾ ਹੀ ਖਾਸ ਨੈਚੁਰਲ ਹੈ, ਸੀ। ਆ ਵੀ ਨੈਚੁਰਲ ਆ, ਵੀ ਆਰ ਨੈਚੁਰਲ ਪਰਸਨਸ, ਲਵ ਯੂ ਫਰੋਮ ਪਾਕਿਸਤਾਨ। ਹਾਂਜੀ ਸਾਰਿਆਂ ਨੂੰ ਹੀ ਪਿਆਰ ਆ ਜੀ, ਸਾਰਿਆਂ ਨੂੰ ਹੀ ਪਿਆਰ ਆ, ਜਿੱਥੇ ਵੀ ਤੁਸੀਂ ਵੱਸਦੇ ਹੋ, ਕੈਨੇਡਾ, ਅਮਰੀਕਾ, ਇੰਗਲੈਂਡ, ਸਾਰਿਆਂ ਨੂੰ ਪਿਆਰ, ਜਾ ਕੇ ਫਿਲਮ ਦੇਖੋ, ਇੰਜੋਏ ਕਰੋ, ਦੱਸੋ ਸਾਡੀ ਜੋੜੀ ਕਿਵੇਂ ਲੱਗੀ, ਬਹੁਤ ਬਹੁਤ ਠੀਕ ਹੈ, ਤੂੰ ਧੰਨਵਾਦ ਵੀ ਕਹਿ ਲੈ ਜੀ। ਹੁਣ ਕੁਛ ਐਂਡ 'ਚ। ਤੁਸੀਂ ਜਿਹੜੇ ਕੱਲ ਵੀ ਇੰਨੇ ਸ਼ਾਰਟ ਨੋਟਿਸ ਤੇ ਰਾਤ ਗਏ ਫਿਲਮ ਦੇਖਣ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬੱਲੇ ਬੱਲੇ, ਤੇ ਤੁਸੀਂ ਸਾਰੇ ਜਾਣੇ ਤੇ ਫਿਲਮ ਨੂੰ ਤੇ ਸਾਨੂੰ ਦੱਸਿਓ ਕਿ ਕਿਵੇਂ ਦੀ
थैंक यू जी सारे दा, साडे प्रोड्यूसर्स दा भी सारे दा थैंक यू, थिंद भाई दा, कारज भाई उहनां दा, सारे दा, थिंद मोशन फिल्म, रिदम बॉयज, ते सारे दा थैंक यू, सारे ने बहुत मेहनत कीती है, ते आई होप तुहानूं फिल्म चंगी लगी, थैंक यू, हुण सेव कर ली, ओके चंगा, चल ध्यान रखी, फिर ला दे मेकअप मुकअप जा हुण, चल ठीक है, टाटा। ओके, टाटा बाय बाय।